ਇਸ ਕੁਝ ਖਾਸ ਗੱਲਾਂ ਉੱਤੇ ਗੌਰ ਕਰੀਏ ਜਦ ਅਸੀਂ ਮੌਜੂਦਾ ਦੁਨੀਆ ਦੇ ਹਾਲਾਤਾਂ ਨੂੰ ਵੇਖਦੇ ਹਾਂ ਤੇ ਹਰ ਇਨਸਾਨ ਆਪਣੇ ਬਚਾਅ ਦੇ ਲਈ ਬੜੇ ਉਦਮ ਕਰ ਰਿਹਾ ਬੜੇ ਪਾਪੜ ਵੇਚ ਰਿਹਾ ਬੜੀ ਤਕਨੀਕ ਦਾ ਇਸਤੇਮਾਲ ਕਰ ਰਿਹਾ ਪਰ ਉਹਨਾਂ ਦੀ ਤਕਨੀਕ ਉਹ ਫੇਲ ਹੁੰਦੀ ਜਾ ਰਹੀ ਹੈ ਹਰ ਇੱਕ ਇਨਸਾਨ ਸਮੱਸਿਆ ਤੋਂ ਮੌਤ ਤੋਂ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਕਸ਼ਟਾਂ ਤੋਂ ਬਚਣਾ ਚਾਹੁੰਦਾ ਹੈ ਪਰ ਜਦ ਇਨਸਾਨ ਆਪਣੀ ਬੁੱਧੀ ਸਮਝ ਗਿਆਨ ਦਾ ਇਸਤੇਮਾਲ ਕਰਦਾ ਅਖੀਰ ਵਿੱਚ ਆਪਣੀ ਬੁੱਧ ਸਮਝ ਗਿਆਨ ਇਸਤੇਮਾਲ ਕਰਨ ਦੇ ਬਾਵਜੂਦ ਵੀ ਉਹਨੂੰ ਨਿਰਾਸ਼ਾ ਹੀ ਮਿਲਦੀ ਹੈ ਉਹਦੇ ਫੇਸ ਤੇ ਚਿੰਤਾ ਹੀ ਸਾਨੂੰ ਵੇਖਣ ਨੂੰ ਮਿਲਦੀ ਹੈ ਅੱਜ ਦੁਨੀਆ ਦਾ ਹਰ ਇੱਕ ਇਨਸਾਨ ਚਿੰਤਾ ਦੇ ਵਿੱਚ ਹੈ ਪ੍ਰੈਸ਼ਰ ਦੇ ਵਿੱਚ ਹੈ ਦੁੱਖ ਦੇ ਵਿੱਚ ਹੈ ਪਰੇਸ਼ਾਨੀ ਦੇ ਵਿੱਚ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਵਿੱਤਰ ਬਾਈਬਲ ਵਿੱਚ ਲਿਖਿਆ ਰੋਮੀਆਂ ਦੀ ਪੱਤਰੀ 10:13 ਵਚਨ 'ਚ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੀ ਤੇ ਮੇਰੀ ਸਮਝ ਤੌਰ ਤਰੀਕੇ ਗਿਆਨ ਬੁੱਧੀ ਇਹ ਫੇਲ ਹੋ ਸਕਦੇ ਆ ਪਰ ਪਰਮੇਸ਼ਰ ਕਦੇ ਫੇਲ ਨਹੀਂ ਹੋ ਸਕਦਾ ਪਰਮੇਸ਼ਰ ਦਾ ਜਿਹੜਾ ਗਿਆਨ ਹੈ ਉਹ ਸਾਡੇ ਹਾਲਾਤਾਂ ਨੂੰ ਬਦਲਣ ਦੀ ਸਮਰੱਥ ਰੱਖਦਾ ਏ ਜੇਕਰ ਤੁਸੀਂ ਕਿਸੇ ਸਮੱਸਿਆ ਦੇ ਅਧੀਨ ਹੋ ਕਿਸੇ ਪ੍ਰੈਸ਼ਰ ਦੇ ਅੰਡਰ ਹੋ ਕਿਸੇ ਚਿੰਤਾ ਦੇ ਅੰਡਰ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਤੁਹਾਡਾ ਬਚਾਅ ਹੋ ਸਕਦਾ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਔਰ ਬੜੇ ਧਿਆਨ ਦੇ ਨਾਲ ਇਸ ਉਦਾਹਰਣ ਨੂੰ ਇਹਨਾਂ ਗੱਲਾਂ ਨੂੰ ਸੁਣੀਏ ਇੱਕ ਵਾਰ ਇੱਕ ਜਗ੍ਹਾ ਤੇ ਮੱਛੀ ਔਰ ਕੱਛੂ ਰਹਿੰਦੇ ਸੀ ਔਰ ਜਿਸ ਜਗ੍ਹਾ ਤੇ ਉਹ ਰਹਿ ਰਹੇ ਸੀ ਉਹ ਜਗ੍ਹਾ ਤੇ ਬਹੁਤ ਗੰਦਾ ਪਾਣੀ ਸੀ ਔਰ ਦੋਨਾਂ ਨੂੰ ਬੜੀ ਘੁਟਣ ਮਹਿਸੂਸ ਹੁੰਦੀ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਗੰਦਗੀ ਦੇ ਵਿੱਚੋਂ ਨਿਕਲਣਾ ਚਾਹੁੰਦੇ ਸੀ ਉਸ ਪਰੇਸ਼ਾਨੀ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਸੀ ਉਹਨਾਂ ਨੇ ਕਾਫੀ ਯਤਨ ਕੀਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਆਪਣੀ ਸਮਝ ਦਾ ਇਸਤੇਮਾਲ ਕੀਤਾ ਪਰ ਆਪਣੇ ਯਤਨ ਕਰਨ ਤੋਂ ਬਾਵਜੂਦ ਵੀ ਉਹ ਫਿਰ ਗੰਦਗੀ ਵਿੱਚ ਹੀ ਰਹਿ ਰਹੇ ਸੀ ਉਹਨਾਂ ਨੇ ਕੁਝ ਸਮੇਂ ਲਈ ਸਮਝੌਤਾ ਕਰ ਲਿਆ ਬਸ ਜੋ ਕੁਝ ਹੋ ਰਿਹਾ ਸੋ ਹੋਣ ਦਿਓ ਅਚਾਨਕ ਹੀ ਜਦ ਕੁਛ ਕੱਛੂ ਕੁੰਮੇ ਨੇ ਐਕਸਟਰਾ ਮੱਛੀ ਦੇ ਨਾਲੋਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਕੁਛ ਨਾ ਕੁਛ ਯਤਨ ਕਰਦਾ ਕਿ ਕਿਵੇਂ ਨਾ ਕਿਵੇਂ ਕੋਈ ਹੱਲ ਨਿਕਲੂਗਾ ਔਰ ਜਦ ਹੀ ਕੱਛੂ ਨੇ ਯਤਨ ਕੀਤਾ ਤਾਂ ਉਹਨੂੰ ਥੋੜ੍ਹੀ ਦੂਰੀ 'ਤੇ ਹੀ ਉਹਨੂੰ ਚੰਗਾ ਪਾਣੀ ਮਿਲਿਆ ਔਰ ਚੰਗੇ ਪਾਣੀ ਵਿੱਚ ਜਾ ਕੇ ਉਹਨੇ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕੀਤਾ ਆਪਣੇ ਅੰਦਰ ਸ਼ਾਂਤੀ ਮਹਿਸੂਸ ਕੀਤੀ ਆਨੰਦ ਮਹਿਸੂਸ ਕੀਤਾ ਔਰ ਜਦ ਉਹ ਸ਼ਾਂਤੀ ਅਤੇ ਆਨੰਦ ਨੂੰ ਮਹਿਸੂਸ ਕਰ ਰਿਹਾ ਸੀ ਅਚਾਨਕ ਹੀ ਉਹਨੂੰ ਮੱਛੀ ਦੀ ਯਾਦ ਹੁੰਦੀ ਹੈ ਕਿ ਮੱਛੀ ਉੱਥੇ ਤੜਫ ਰਹੀ ਹੋਊਗੀ ਮੈਂ ਉਹਦੇ ਕੋਲ ਜਾਂਦਾ ਔਰ ਆਪਣੇ ਵਾਲੀ ਚੰਗੇ ਸਥਾਨ 'ਤੇ ਉਹਨੂੰ ਲੈ ਕੇ ਆਉਂਦਾ ਔਰ ਜਦ ਇਹ ਕੱਛੂ ਮੱਛੀ ਨੂੰ ਆਪਣੀ ਵਾਲੀ ਜਗ੍ਹਾ 'ਤੇ ਲਿਆਉਣ ਲਈ ਉਹਦੇ ਕੋਲ ਪਹੁੰਚਿਆ ਅਤੇ ਮੱਛੀ ਨੇ ਉਹਦੇ ਨਾਲ ਜਾਣ ਦੇ ਲਈ ਇਨਕਾਰ ਕਰ ਦਿੱਤਾ ਵੀ ਬਸ ਠੀਕ ਹੈ ਜੋ ਕੁਝ ਮੇਰੇ ਨਾਲ ਹੋ ਰਿਹਾ ਹੁਣ ਦੋ ਮੇਸੇ ਵਿੱਚ ਹੀ ਠੀਕ ਹੈ ਜੋ ਮੇਰੇ ਨਾਲ ਹੋ ਰਿਹਾ ਉਹਨੇ ਕੱਛੂ ਦੀ ਕੋਈ ਗੱਲ ਨਹੀਂ ਬਣੀ ਔਰ ਕੱਛੂ ਵਾਪਸ ਚਲਾ ਗਿਆ ਔਰ ਫਿਰ ਕੱਛੂ ਨੂੰ ਫਿਰ ਯਾਦ ਆਉਂਦੀ ਹੈ ਕਿ ਮੈਂ ਮੱਛੀ ਕੋਲ ਜਾਵਾਂਗਾ ਔਰ ਉਹਨੂੰ ਸਮਝਾ ਕੇ ਆਪਣੇ ਕੋਲ ਲੈ ਕੇ ਆਵਾਂਗੀ ਗੰਦਗੀ ਵਿੱਚੋਂ ਨਿਕਲ ਚਿੰਤਾ ਵਾਲੀ ਲਾਈਫ ਦੇ ਵਿੱਚੋਂ ਨਿਕਲ ਮੇਰੇ ਨਾਲ ਚੰਗੀ ਜਗ੍ਹਾ 'ਤੇ ਰਹਿ ਔਰ ਜਦ ਤੀਸਰੀ ਵਾਰ ਕੱਛੂ ਮੱਛੀ ਕੋਲ ਜਾਂਦਾ ਔਰ ਤੀਸਰੀ ਵਾਰ ਵੀ ਮੱਛੀ ਨਹੀਂ ਮੰਨਦੀ ਫਿਰ ਥੋੜ੍ਹੇ ਸਮੇਂ ਬਾਅਦ ਕੀ ਹੁੰਦਾ ਅਚਾਨਕ ਹੀ ਜੋ ਮੱਛੀਆਂ ਫੜਨ ਵਾਲੇ ਸ਼ਿਕਾਰੀ ਆ ਉਹ ਜਗ੍ਹਾ 'ਤੇ ਲੰਘ ਰਹੇ ਸੀ ਔਰ ਅਚਾਨਕ ਉਹ ਮੱਛੀ ਜਿਹੜੇ ਗੰਦੇ ਪਾਣੀ ਵਿੱਚ ਰਹਿ ਰਹੀ ਸੀ ਉਹ ਸ਼ਿਕਾਰੀ ਦੇ ਹੱਥ ਵਿੱਚ ਲੱਗ ਗਈ ਔਰ ਜਦ ਹੀ ਸ਼ਿਕਾਰੀ ਨੇ ਉਸ ਮੱਛੀ ਨੂੰ ਆਪਣੇ ਹੱਥ ਵਿੱਚ ਫੜਿਆ ਅਤੇ ਉਹ ਮੱਛੀ ਵੇਖਣ ਦੇ ਵਿੱਚ ਕਾਫੀ ਵੱਡਾ ਸਾਇਜ਼ ਸੀ ਉਹਦਾ ਅਤੇ ਸ਼ਿਕਾਰੀ ਨੇ ਕਿਹਾ ਕਿ ਅੱਜ ਮੈਂ ਇਹਦੇ ਨਾਲ ਹੀ ਆਪਣਾ ਲੰਚ ਕਰਾਂਗਾ ਦੁਪਹਿਰ ਦਾ ਖਾਣਾ ਅੱਜ ਮੈਂ ਮੱਛੀ ਦੇ ਨਾਲ ਹੀ ਖਾਵਾਂਗਾ ਅਤੇ ਜਦ ਉਹ ਮੱਛੀ ਸ਼ਿਕਾਰੀ ਦੇ ਹੱਥ ਵਿੱਚ ਆਉਂਦੀ ਹੈ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰੇ ਅੰਤਮ ਦਿਨ ਆ ਗਏ ਆ ਅਤੇ ਸ਼ਿਕਾਰੀ ਨੇ ਥੋੜ੍ਹੇ ਸਮੇਂ ਤੱਕ ਮੈਨੂੰ ਮਾਰ ਦੇਣਾ ਅਤੇ ਮੈਨੂੰ ਬਣਾ ਕੇ ਖਾ ਲੈਣਾ ਔਰ ਜਦ ਹੀ ਉਹਦੇ ਹੱਥ ਵਿੱਚ ਹੁੰਦੀ ਹੈ ਜਦ ਹੀ ਸ਼ਿਕਾਰੀ ਉਹਨੂੰ ਛਿੱਲਣ ਦੀ ਕੋਸ਼ਿਸ਼ ਕਰਦਾ ਅਤੇ ਇੱਕਦਮ ਮੱਛੀ ਰੱਬ ਅੱਗੇ ਦੁਆ ਕਰਦੀ ਕਿ ਰੱਬਾ ਮੈਨੂੰ ਬਚਾ ਔਰ ਜਦ ਹੀ ਉਹ ਦੁਆ ਕਰਦੀ ਕਿ ਰੱਬਾ ਮੈਨੂੰ ਬਚਾ ਇੱਕਦਮ ਉਹ ਇਨਸਾਨ ਦੇ ਹੱਥ ਵਿੱਚੋਂ ਨਿਕਲ ਜਾਂਦੀ ਹੈ ਔਰ ਫਟਾਫਟ ਉਹ ਭੱਜਦੀ ਹੈ ਜਦੋਂ ਭੱਜਦੀ ਅਤੇ ਭੱਜਦੀ 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 ਉਹ ਜਗ੍ਹਾ 'ਤੇ ਉਹ ਪਹੁੰਚ ਜਾਂਦੀ ਜਿੱਥੇ ਪਹਿਲਾਂ ਹੀ ਕੱਛੂ ਹੁੰਦਾ ਔਰ ਜਦ ਕੱਛੂ ਉਸ ਮੱਛੀ ਨੂੰ ਵੇਖਦਾ ਤਾਂ ਉਹ ਬੜਾ ਖੁਸ਼ ਹੁੰਦਾ ਕਿ ਉਹ ਮੱਛੀ ਆ ਰਹੀ ਹੈ ਬੇਸ਼ੱਕ ਦੇਰੀ ਨਾਲ ਹੀ ਆ ਰਹੀ ਹੈ ਔਰ ਜਦ ਉਹ ਮੱਛੀ ਕੱਛੂ ਦੇ ਕੋਲ ਆਈ ਅਤੇ ਜਦੋਂ ਕੱਛੂ ਨੇ ਉਹਦੀ ਹਾਲਤ ਵੇਖੀ ਵੀ ਉਹ ਪੂਰੀ ਤਰ੍ਹਾਂ ਛਿੱਲੀ ਹੈ ਅਤੇ ਕੱਛੂ ਨੂੰ ਕਿਹਾ ਆ ਗਈ ਹੈ ਤਾਂ ਉਹਨੇ ਕਿਹਾ ਹਾਂ ਆ ਗਈ ਹੈ ਅਤੇ ਕੱਛੂ ਨੇ ਕਿਹਾ ਵੀ ਤੂੰ ਆ ਤਾਂ ਗਈ ਹੈ ਪਰ ਪੂਰੀ ਛਿੱਲ ਲਵਾ ਕੇ ਆਈ ਹੈ ਤੂੰ ਮੇਰੇ ਆਖੇ ਨਹੀਂ ਲੱਗੀ ਉਦੋਂ ਆਈ ਹੈ ਜਦੋਂ ਤੇਰੀ ਪੂਰੀ ਤਰ੍ਹਾਂ ਛਿੱਲ ਲੈ ਗਈ ਹੈ ਅੱਜ ਵੀ ਬਹੁਤ ਸਾਰੇ ਲੋਕਾਂ ਦੀ
जिहड़ी छिल लै रही है। सियाणिआं बाबिआं दे द्वारा, जादूगरां दे द्वारा, पंडितां दे द्वारा, झूठी भगती करन वालिआं दे द्वारा अज लोक अपने बचाओ दे लई अपने तरीकिआं दे नाल थां थां ते घूमदे फिरदे आ, थां थां ते जांदे फिरदे आ कि साडा इत्थों बचा जूगा, साडा इत्थों हल हो जूगा, इत्थों मसला हल हो जूगा, इत्थों सानूं शांति मिल जू, इत्थों सानूं मुक्ति मिल जू। पर सारे जिहड़े तुहाडे आइडिया, तुहाडी बुद्ध समझ ज्ञान, तुहाडीआं योजनावां सारियां फेल आ। एक परमेश्वर का सच्चा दास होने के नाते मैं तुहानू सारिआं नूं सलाह देना चाहुंदा, जिहड़े थां थां ते भटकदे फिरदे आ, थां थां ते अपनीआं समस्यावां दा हल लभदे फिरदे कि मैनूं इत्थों हल मिल जू, इत्थों शांति मिल जू, पर कितों वी शांति नहीं मिलनी। शांति दा राजकुमार एक ही है, वह है मसीह यसू। और तुसीं बिना छिल लवाए मसीह यसू मसीह नूं अपना मुक्तिदाता कबूल करो, तां जो परमेश्वर तुहाडे हालातां नूं बदले ते और तुहानूं आनंद वाला जीवन दे सके। सो प्रभु इस संदेश के द्वारा तुहानूं वड्डी बरकत देवे। जय मसीह की।